ਲਾਹੌਰ ਬੰਦੇ ਵਕਬ ਸੀ ਉਹਨਾਂ ਨੂੰ ਮੇਰੇ ਨਾਲ ਦੀ ਮਿਲਦੇ ਮਲਾਉਂਦੇ ਗੱਲ ਮੈਂ ਸਾਨੂੰ ਨੇਰਾ ਹੋ ਗਿਆ ਮੰਡੀ ਚੂੜਕਾਣਾ ਜਿਹਨੂੰ ਫਰੂਕਾਬਾਦ ਕਹਿੰਦੇ ਨੇ ਉਤੋਂ ਸਾਨੂੰ ਅਸੀਂ ਇੱਕ ਤੰਗ ਆ ਲਿਆ ਤੰਗ ਜਣ ਨੇ ਪਹਿਲਾਂ ਤਾਂ ਫੱਟੇ ਚੱਕਤੇ ਉਸ ਵੇਲੇ 20 ਰੁਪਏ ਬੜੀ ਵੱਡੀ ਗੱਲ ਸੀ ਉਹ ਕਹਿੰਦਾ ਜੀ ਮੈਂ ਪਰ ਪਈਆ ਲੂੰਤੀ ਕਰਦੇ ਕਰਾਉਂਦੇ ਸਾਡਾ 20 ਤੇ ਆ ਗਿਆ ਉਹਨੇ ਨਾਲ ਇੱਕ ਬੰਦਾ ਪਿਠਾੜ ਲਿਆ ਦੋਨੇ ਹੱਟੇ ਗੱਟੇ ਮੈਂ ਕਿਹਾ ਬਾਈ ਕਹਿੰਦਾ ਹਾਂ ਮਾਂ ਲੈ ਵੀ ਹੁਣ ਪੰਗਾ ਪਊ ਉਹਨਾਂ ਦੇ ਲਾ ਵੀ ਸਿੱਖਾਇਨੇ ਲੋ ਕਿਹੜੇ ਇਨਕਿਸਮ ਦਾ ਕਹਨਾ ਘਬਰਾਣਾ ਸਾਲਿਆਂ ਨੂੰ ਚੱਕ ਕੇ ਨਹਿਰ 'ਚ ਮਾਰੂ ਉਹ ਨਹਿਰ ਦੇ ਨਾਲ ਨਾਲ ਦੀ ਤੰਗਾ ਜਿਹਾ ਹੁੰਦਾ ਸੀਗਾ ਮੈਂ ਕਿਹਾ ਵੀ ਤੂੰ ਦੇਖੋ ਮੈਂ ਨਹੀਂ ਮੁਕਰਦਾ ਇੱਕ ਵਾਰ ਨਹੀਂ ਸੀ ਬਹੁਤ ਬੜ ਲੜੇ ਇੱਕ ਵਾਰ ਅਸੀਂ ਕਿਸੇ ਬੰਦੇ ਨੇ ਵੱਧ ਘਟ ਕੇ ਤੀ ਤੇ ਮੈਂ ਮੈਂ ਫੋੜਾ ਚੱਕ ਲੈ ਬਾਈ ਨੇ ਬਾਸ ਚੱਕ ਲਿਆ ਉਹ ਜਦੋਂ ਬਾਸ ਮਾਰਿਓ ਸਾਲਾ ਬਾਸ ਆਵਾਜ਼ ਬੜਾ ਦਵੇ ਉਹਨੂੰ ਪਤਾ ਸਾਰ ਨਹੀਂ ਉਹ ਕਹਿੰਦਾ ਸਾਲੇ ਪੌਤੀ ਦੇ ਨਾਲ ਮੋਥਲਾ ਹੈਗਾ ਜਾਂ ਸਾਲੇ ਨੂੰ ਇਹ ਕਿਸੇ ਨੂੰ ਮਾਰ ਦੇਣਾ ਉਹਨੇ ਉਹ ਪਤਾ ਨਹੀਂ ਕਿਹੜਾ ਹਥਿਆਰ ਸਾਲਾ ਖੜਕਦਾ ਬੜਾ ਉਹ ਸਵੇਰੇ ਅਸੀਂ ਦੋਏ ਭਾਈ ਬੈਠੇ ਮੈਂ ਤੇਰੇ ਬਾਸ ਨੇ ਬੜਾ ਕੰਮ ਕੀਤਾ ਕਹਿੰਦਾ ਪਤੰਦਰਾ ਫੇ ਨੇਰੇ ਪੰਪੰਗਾ ਨਾ ਲਿਆ ਕਰ ਦਿਨੇ ਲਿਆ ਕਰ ਕਹਿੰਦੀ ਦੇਖੋ ਇਹ ਬਾਈ ਦੀਆਂ ਮੈਂ ਕਿੰਨੀਆਂ ਤੁਹਾਨੂੰ ਦੱਸਾਂ ਦਲੇਰੀਆਂ ਛੱਡ ਦਿਓ ਪਹਿਲਾਂ ਲੜਨਾ ਜਦੋਂ ਉਹ ਕਹਿ ਦਵੇ ਨਾ ਵੀ ਮੈਂ ਨਹੀਂ ਹੈਗਾ ਆਪਦਾ ਇਹ ਪਤਾ ਨਹੀਂ ਇਹ ਦਿਮਾਗ ਚ ਕਿੱਥੋਂ ਗੱਲ ਲੜੀ ਜਦੋਂ ਕਹਿੰਦੇ ਮੈਂ ਨਹੀਂ ਹੈਗਾ ਆਪਦਾ ਪੌਚ ਬੱਚੇ-ਬੱਚੇ ਨੂੰ ਪਤਾ ਸੀ ਤੇ ਇੱਕ ਉਥੇ ਮੁਸਲਮਾਨ ਸੀ ਨੈਤ ਖਾਨ ਉਹਨੇ ਇਹਨੂੰ ਉਂਗਲ ਲਾਉਣੀ ਵੀ ਤੂੰ ਸਰਦਾਰਾਂ ਜਿਆ ਵਾ ਇਹ ਕਹਿੰਦਾ ਨੈਤ ਤੂੰ ਬੰਦਾ ਬਣ ਜਾ ਬੰਦਾ ਬਣ ਜਾ ਉਹ ਨਾ ਹਟਿਆ ਇੱਕ ਦਿਨ ਚੱਕ ਗਏ ਨੇ ਉਹਨੂੰ ਖੂਹ ਤੇ ਮੌੜ ਤੇ ਰੱਖ ਲਿਆ ਕਹਿੰਦਾ ਸਾਲਿਆ ਨੈ ਕੁਝ ਛੱਡ ਦੂੰ ਚਾਰ ਪੰਜ ਬੰਦਿਆਂ ਨੇ ਕਹਿੰਦਾ ਸਾਲਾ ਇਹ ਰੋਜ਼ ਕਹਿੰਦਾ ਪਾਪਾ ਜੀ ਬਾਰੇ ਬੋਲਦਾ ਬੀਜੀ ਬਾਰੇ ਬੋਲਦਾ ਕਹਿੰਦਾ ਸਾਲਿਆ ਤੂੰ ਆਪਣੀ ਲੜਾਈ ਲੜ ਤਾ ਸਤੂ ਕੀ ਲੈਣਾ ਜਾਂਦੀ ਦੇਖੋ ਵਫਾਦਾਰੀ ਵਾਲਾ ਪਿਆਰ ਵਾਲਾ ਉਹਦਾ ਤਾਂ ਕੋਈ ਤੋੜੇ ਹੀ ਨਹੀਂ ਨਾ ਸਾਡੀ ਸਿਸਟਰ ਦੇ ਜਦੋਂ ਖੇਤੀ ਦਾ ਕੋਈ ਕੰਮ ਡੜਨਾ ਹੋਣਾ ਤੇ ਉਹਨਾਂ ਨੇ ਪੱਜਾਈ ਨੇ ਕਹਿਣਾ ਵੀ ਪਪਾ ਜੀ ਬਾਈ ਨੂੰ ਭੇਜ ਦੋ ਇਹ ਜਾਣੇ ਬਾਈ ਦਾ ਕੰਮ ਜਾਣੇ ਕਿ ਉਹਨਾਂ ਦੇ ਕੋਲ ਬਾਹੀ ਦੀ ਕਿਰਪਾ ਨਾ ਮੇਰੀ ਭੈਣ ਰਾਜਾ ਫੈਮਿਲੀ ਦੇ ਵਿਆਹ ਹੀ ਹੋਈਆ ਉਹਨਾਂ ਦਾ ਹੰਤੇ ਕੋਈ ਨਹੀਂ ਉਹਨਾਂ ਸਾਰਿਆਂ ਨੂੰ ਇੱਕ ਜਰੂਰ ਮੈਂ ਗੱਲਾਂ ਹਾਲਾ ਮਸਲਾ ਨਾ ਇਹਨਾਂ ਕੋ ਇਹ ਆ ਬੜਾ ਕੁੱਤੀ ਸ਼ਾਇਆ ਹੋ ਜਾਂਦੀ ਇਕਣ ਕਿਉਂਕਿ ਨਾ ਉਹ ਖਾਂਦਾ ਸੀ ਨਾ ਕਿਸੇ ਨੂੰ ਹਰਾਮ ਦਾ ਖਾਣ ਦਿੰਦਾ ਸੀ ਨਾ ਬੇਲਾ ਵੇਂਦਾ ਸੀ ਇਹ ਨਹੀਂ ਹੈਗਾ ਬੀਜੇ ਤੈਨੂੰ ਬੰਦੇ ਟਰੈਕਟਰ ਚਲਾਉਂ ਇਹਨੂੰ ਦੇ ਨਹੀਂ ਠੀ ਉੱਤਰ ਥੱਲੇ ਓਏ ਮੈਂ ਚਲਾ ਕੇ ਦਿਖਾਉਣਾ ਦੇਖੋ ਉਹਨੂੰ ਕੰਮ ਕਰਨਾ ਵੀ ਆਉਂਦਾ ਸੀ ਕੰਮ ਲੈਣਾ ਵੀ ਆ ਹਾਂ ਦੇਖੋ ਮੈਂ ਐਵੇਂ ਕਹੀ ਜਾਵਾਂ ਜੋ ਬਿਲਕੁਲ ਕੁਰਸੀ ਦੇ ਬੈਠੇ ਜਲਾ ਤੂੰ ਐ ਕਰ ਲਾ ਐ ਕਰ ਲਾ ਜਾਂਦੀ ਕੰਨੋ ਫੜੇ ਜਦ ਕਹਿੰਦੇ ਹਟ ਪਿੱਛੇ ਤੈਨੂੰ ਮੈਂ ਕਰਕੇ ਦਿਖਾਉਣਾ ਜਿੱਦਾਂ ਇੱਕ ਘਰ ਦੇ ਸਰਬਰਾਹ ਕੰਮ ਕਰਦੇ ਉਹ ਸਾਰਾ ਉਸੇ ਰੁਟੀਨ ਨਾਲ ਚੱਲਦਾ ਸੀ ਹਾਂ ਬਿਲਕੁਲ ਸਾਡੇ ਬੱਚਿਆਂ ਲਈ ਫੇਰ ਤੁਹਾਨੂੰ ਦੱਸਿਆ ਨਾ ਵੀ ਜਿਵੇਂ ਜੱਜਾਂ ਨੂੰ ਮਿਲਾਇਆ ਉੱਥੇ ਜਾਣਾ ਆਉਣਾ ਕਰਨਾ ਜਿੱਦਣ ਅਸੀਂ ਇੰਡੀਆ ਨੂੰ ਤੋ ਤੁਰੇ ਆ ਜਿੱਥੇ ਉਹਨਾਂ ਨੂੰ ਇਹ ਸੀਗਾ ਵੀ ਖੁਸ਼ੀ ਸੀ ਵੀ ਚੱਲ ਹੁਣੇ ਇੱਕੋ ਇੱਕ ਉਹਦੇ ਮਨ ਚ ਉਹਨੂੰ ਜਦੋਂ ਪਤਾ ਲੱਗਿਆ ਨੇ ਵੀ ਅੰਮੀ ਅੰਨੇ ਆ ਜੇ ਕਿਤੇ ਅੰਮੀ ਦੀ ਨਿਗਾਹ ਹੁੰਦੀ ਮੈਂ ਲਿਖ ਕੇ ਦੰਨਾ ਜੋ ਕਿ ਦਿਨ ਵੀ ਪਾਕਿਸਤਾਨ ਚ ਰਹਿ ਜਾਂਦਾ ਜਦੋਂ ਵੀ ਮੈਂ ਰਾਤ ਨੂੰ ਗੱਲ ਕਰਨੀ ਮੈਂ ਕਹਿਣਾ ਬਾਈ ਤੂੰ ਕਿਵੇਂ ਰੋਟੀ ਖਾਏਗਾ ਔਰੇ ਤੂੰ ਕਿਵੇਂ ਰਹੇਗਾ ਫੇ ਮੈਂ ਅਲੀ ਨੂੰ ਕਹਿਣਾ ਡਾਕਟਰ ਬਸ਼ੀਰ ਮੁਹੰਮਦ ਨੂੰ ਕਹਿਣਾ ਯਾਰ ਮੇਰੇ ਭਾਈ ਨੂੰ ਕਿਸੇ ਨਾ ਗਨਮੈਨ ਲਵਾ ਦੇਓ ਉਹਨੇ ਉਹਨੇ ਸਾਰੇ ਨੇ ਕਹਿਣਾ ਅੱਜ ਮੈਂ ਕਹਿਣਾ ਉਹ ਕਹਿੰਦੇ ਤੂੰ ਮੁੜ ਜਾ ਇੱਥੇ ਸਾਰਿਆਂ ਨੇ ਝੂਠ ਬੋਲਣਾ ਤੂੰ ਸੱਚ ਪੁੱਤ ਮਾਰਿਆ ਜਾਏਗਾ ਤੈਨ ਝੂਠ ਬੋਲਣਾ ਨਹੀਂ ਤੂੰ ਸਬਰ ਨਹੀਂ ਕਰਨਾ ਫਿਰ ਉਹਨਾਂ ਅਲੀ ਉਹਨੇ ਲੱਗਦੀ ਮੈਂ ਕਿਹਾ ਅਲੀ ਇੱਕ ਮੈਂ ਤੈਨੂੰ ਕਹਿਣਾ ਵੀ ਦੇਖ ਮੇਰੇ ਭਾਈ ਨੂੰ ਤਨਖਾਹ ਦੇ ਤੂੰ ਇਹ ਨਾ ਦੇਖ ਵੀ ਮੈਂ ਸਰਦਾਰ ਹੁਣਾਂ ਮੈਨੂੰ ਖਾਣੇ ਤੇ ਇਨਵਾਈਟ ਕੱਲੇ ਨੂੰ ਕਰ ਲਿਆ ਮੈਂ ਗਿਆ ਨਾ ਕਾਂਤ ਰਹਿ ਜੀ ਅੱਜ ਮੈਂ ਕਿਉਂ ਤੂੰ ਮੇਰੇ ਭਾਈ ਨੂੰ ਕਿਉਂ ਨਹੀਂ ਕੀਤਾ ਤੁਹਾਡੇ ਲਈ ਇਹ ਜਲਾਹਿਆ ਦਾ ਮੁੰਡਾ ਮੇਰੇ ਲਈ ਨਹੀਂ ਮੇਰਾ ਭਾਈ ਮੇਰਾ ਭਾਈ ਆ ਜਿਹੜਾ ਮੈਂ ਉੱਥੇ ਜਾਉ ਜਿੱਥੇ ਮੇਰੇ ਭਾਈ ਨੂੰ ਇਨਵਾਈਟ ਕਰੂਗਾ ਕਿਆ ਬਾ ਮੈਂ ਉਹਦੇ ਨਹੀਂ ਜਾਊਗਾ ਦੇਖੋ ਮਤਲਬ ਹੀ ਨਹੀਂ ਪਤਾ ਹੁੰਦਾ ਤੁਸੀਂ ਮੈਨੂੰ ਇਹ ਦੇਖ ਕੇ ਰਿਗਾਰਡ ਦਮੋ ਵੀ ਸਰਦਾਰ ਆਏ ਦੀ ਚੰਗੀ ਚੱਲਦੀ ਹੈ ਕੱਲ ਨੂੰ ਇੰਡੀਆ ਜਾਵਾਂਗੇ ਤਾਂ ਇਹ ਸਰਦਾਰ ਵੈਲਕਮ ਕਰੂਗੇ ਨਹੀਂ ਮੇਰੇ ਭਾਈ ਦਾ ਵੈਲਕਮ ਨਾਲ ਇਹ ਬੇਟਾ ਇਹਨੂੰ ਕਾਫੀ ਸੁਰਤ ਮੈਂ ਵੀ ਕਹਿੰਦਾ ਜੀ ਬੇਟਾ ਦੇਖੋ ਇਹਦਾ ਛੋਟਾਂ ਦਾ ਖੇਡਦਾ ਹੀ ਮੇਰੇ ਨਾਲ ਰਿਹਾ ਵਿਚਾਰਾ ਜਦ ਵੀ ਦੇਖਣਾ ਜਦੋਂ ਮੈਂ ਆਉਣਾ ਇਹਨੇ ਕਹਣਾ ਚਾਚੂ ਆ ਗਿਆ ਚਾਚੂ ਆ ਗਿਆ ਦੂਰੋਂ ਭੱਜੇ ਨਹੀਂ ਆਉਣਾ ਮੋਟਰਸਾਈਕਲ ਤੋਂ ਡਾਕਟਰ ਬशीर ਮੁਹੰਮਦ ਬਾਹਰ ਚਲਾਉਂਦਾ ਸੀ ਪਹਿਲਾਂ ਲੱਤਾਂ ਨੂੰ ਚਿੰਬੜ ਜਾਂਦਾ ਸੀ ਬਾਕੀ ਉਸ ਵੇਲੇ ਦੇਖੋ ਬੇਟੀਆਂ ਸੀਗੀਆਂ ਵਿਚਾਰੀਆਂ ਦੇਖੋ ਮੈਂ ਐਵੇਂ ਗੱਲ ਕਰਾ ਜੇ ਕਿਤੇ ਹੁਣ ਦੇਖਣਾ ਵੀ ਔਖਾ ਨਾ ਹੋਣਾ ਉਹ ਨੜਕਾ ਸਾਲਾ ਮਦਰਾ ਜਾਂ ਹੁੰਦਾ ਸੀ ਸਾ ਤੋਂ ਗੇੜ ਵੀ ਨਹੀਂ ਸੀ ਹੁੰਦਾ ਇਹ ਨਿਗਾਹ ਜਾਂ ਐਸੀ ਨਿਗਾਹ ਜਾਂ ਨੜਕਾ ਨੂੰ ਵੀ ਇੰਨੀ ਕਿ ਮਸ਼ੀਨ ਜੀ ਉਹਦੀ ਹੁੰਦੀ ਸੀ ਸਾਲੇ ਦੀ ਦੇਖੋ ਮੈਂ ਤੁਹਾਨੂੰ ਐਵੇਂ ਗੱਲ ਕਰਾ ਦੇਖੋ ਕੀ ਕੀ ਤੁਹਾਨੂੰ ਮੈਂ ਗੱਲਾਂ ਦੱਸਾਂ ਉਸ ਵੇਲੇ ਦੀਆਂ ਬੜਾ ਕੁਛ ਇੱਥੇ ਖਟੀਆਂ ਮਿੱਠੀਆਂ ਅੱਛਾ ਜਿੱਦਣ ਆਪਾਂ ਉੱਥੋਂ ਆ ਗਏ ਆ ਪੱਕਾ ਪੱਕਾ ਆ ਗਏ ਤੁਸੀਂ ਲੈ ਕੇ ਆਏ 1982 ਦੀ ਗੱਲ ਕਰਦੇ ਆ ਲੈ ਸੱਚਕ ਮੈਂ ਤੰਗੇ ਵਾਲੀ ਗੱਲ ਕਰਨਾ ਭੁੱਲ ਗਿਆ ਅਸੀਂ ਜਦੋਂ ਰਸਤੇ 'ਚ ਬਿਟੇ ਇੱਕ ਦੂਜੇ ਨਾਲ ਗੱਲਾਂ ਕਰਦੇ ਆਏ ਉਹ ਤੰਗੇ ਵਾਲੇ ਦੋਨੇ ਸੁਣਦੇ ਆਏ ਉਹਨਾਂ ਨੇ ਜੱਜਮੈਂਟ ਲਾ ਲਈ ਬਈ ਇਹ ਇੱਕ ਮੁਸਲਮਾਨ ਆ ਇੱਕ ਇਹਨੂੰ ਛੱਡਣ ਆਇਆ ਉਹ ਜੋ ਤੰਗੇ ਜੋ ਤੇਰੇ ਨਾਂ ਅੱਲਾਹ ਤਾਲਾ ਉਹਨਾਂ ਨੇ ਵੀ ਲੰਬੀ ਉਮਰ ਕਰੇ ਮੈਂ ਪੈਸੇ ਕੱਢੇ ਤੇ ਮੈਂ ਫੜਾਉਣ ਲੱਗਿਆ ਕਹਿੰਦਾ ਸਰਦਾਰਾ ਜੁੱਤੀ ਮਾਰਦੇ ਉਦੀ ਬਾੜੀ ਨਹੀਂ ਮੈਨੂੰ ਭੁੱਲਣੀ ਮੈਂ ਕਿਹਾ ਕਿਉਂ ਬਈ ਵਿੱਚ ਫਿਰ ਦੂਜੇ ਭਾਈ ਬਾਲਾ ਗੁੱਸੇ ਦਾ ਤੀ ਲੈ ਲਾ ਆਮ ਬੰਦੇ ਕਰਦੇ ਨੇ ਉਹ ਜਿਵੇਂ ਮੇਰੇ ਉੱਰ ਟੱਪਿਆ ਟੱਜੀ ਤੇਣਾ ਕਹਿੰਦਾ ਜੀ ਪਹਿਲਾਂ ਕਿਹਾ ਲੋ ਸਰਦਾਰਾ ਮਹਿਮਾਨ ਆ ਕੋਈ ਪੈਸਾ ਨਹੀਂ ਲੈਣਾ ਮੈਂ ਚੌੜਾ ਹੋ ਗਿਆ ਜਦੋਂ ਟੱਜੀ ਗੱਡੀ ਕਹਿੰਦਾ ਖੜ 200 ਉਹ ਮੈਂ ਕਿਹਾ ਸੌਰੀ ਜੀ ਮਹਿਮਾਨ ਨਵਾਜੀ ਕਿੱਥੇ ਗਈ ਕਹਿੰਦਾ ਤੈਨੂੰ ਟਕਾ ਕੇ ਵੀ ਤਾਂ ਗੱਡੀ ਸਾਂ ਲਿਆਉਣਾ ਸੀ ਆ ਹੁਣ ਦੀਓ ਗੱਲਾ ਪਰਸੋਂ ਚੌਥੇ ਦੀ ਮੈਂ ਕਿਹਾ ਬਾਰੇ ਬਾਰੇ ਜਾ ਮਰਣਾ ਐ ਕੁਲੀ ਕੁਲੀ ਮੈਂ ਕਿਹਾ ਵੀ ਕਿੱਥੇ ਇਸ ਕਰਕੇ ਕਹਿੰਦਾ ਮੈਂ ਕਿਹਾ ਵੀ ਤੂੰ 30 ਰੁਪਏ ਹੀ ਲੈ ਲੈ ਜਿਹੜੇ ਤਾਂ ਮੰਗੇ ਸੀ ਕਹਿੰਦਾ ਸਰਦਾਰਾ ਤੂੰ ਐਡਾ ਵੱਡਾ ਕੰਮ ਕਰਕੇ ਚੱਲੇ ਆ 47 ਤੋਂ ਬਾਅਦ ਤੂੰ ਪਹਿਲਾ ਸਿੱਖ ਆ ਜਿਹੜਾ ਮੁਸਲਮਾਨ ਮੁੰਡਾ ਮੋੜਦਾ ਆ ਕਹਿੰਦਾ ਕਦੇ ਕੋਈ ਸਰਦਾਰ ਮੋੜ ਨਹੀਂ ਆਇਆ ਤੂੰ ਸਾਡੀ ਸ਼ਰਮ ਮੈਂ ਕਿਹਾ ਵੇ ਗੱਲ ਸੁਣ ਲੈ ਮੈਂ ਵੀ ਪੁੱਠੀ ਖੋਪੜੀ ਦਾ ਮੈਂ ਵੀ ਆਪਣਾ ਮੁੱਲ ਨਹੀਂ ਵਟਣਾ ਕਹਿੰਦਾ ਫਿਰ ਦੇਣੇ ਅਸੀਂ 10 ਰੁਪਏ ਤੇ ਆਉਣੇ ਆ ਰੁਪਈਏ ਦਸੇ ਹੀ ਲੈਣੇ ਆ ਉਹ ਵੀ ੱੱਕੇ ਨਾਲ ਉਹਨੂੰ ਵਿਚਾਰੇ ਨੂੰ ਦੱਸ ਦਿੱਤੇ ਫੇ ਮਮੀ ਵਾਲੀ ਗੱਲ ਦੱਸੀ ਉਹ ਰਾਤ ਨੂੰ ਜਦੋਂ ਆਏ ਪਹਿਲਾਂ ਮੈਂ ਮੱਥਾ ਟੇਕਿਆ ਬਾਜ ਬਾਈ ਨੇ ਮੈਨੂੰ ਪਰੇ ਕਰਕੇ ਅੰਮੀ ਨੇ ਉਹਨੂੰ ਜੱਫੀ ਪਾਈ ਬਾਜ ਕਹਿੰਦੀ ਆ ਪੁੱਤ ਤੈਨੂੰ ਵੀ ਵੰ ਮਿਲਣਾ 7-8 ਦਿਨ ਬਾਅਦ ਜਦੋਂ ਮੈਂ ਮਜਾਗੇ ਸੀ ਮੈਂ ਕਿਹਾ ਬੇਬੇ ਕਿਤੇ ਗੱਲ ਤਾਂ ਦੱਸ ਦੇ ਤੇ ਤੂੰ ਦਰਿਆਤ ਕੀਤੀ ਨਾ ਮੈਨੂੰ ਨਹੀਂ ਪਿਆਰ ਕੀਤੀ ਕਹਿੰਦੀ ਨਾ ਮੇਰਾ ਪੁੱਤ ਮੈਨੂੰ ਕੁਦਰਤੀ ਢਿੱਡ ਨੂੰ ਆਵਾਜ਼ ਹੀ ਆਈ ਵੀ ਇਹ ਨਹੀਂ ਪੁੱਤ ਤੇਰਾ ਦੂਜਾ ਫਿਰ ਜਿਹੜੀ ਉਹ ਡਾਕੂ ਵਾਲੀ ਗੱਲ ਦੱਸਦਾ ਅੱਬੂ ਨੇ ਕਹਿੰਦਾ ਨਾ ਵੀ ਉਧਰ ਨਾ ਜਾਈਂ ਤੇਰੇ ਭਾਈ ਨੇ ਉਹਦਾ ਭਾਈ ਪਿਓ ਨੇ ਭਾਈ ਮਾਰਿਆ ਸੀ 10 ਦਿਨ ਬਾਅਦ ਜਦੋਂ ਅਸੀਂ ਹੋ ਗਏ ਪਿੰਡ ਦੇ ਮੁੰਡੇ ਮੈਨੂੰ ਬਹੁਤ ਪਿਆਰ ਕਰਨ ਲੱਗੇ ਦੇਖੋ ਮੈਂਵੇਂ ਗੱਲਾਂ ਬੇਥਾਈ ਉਹਨਾਂ ਚ ਕਹੇਗਾ ਉਹ ਰਾਣਾ ਕੀ ਭਲਾ ਜਾ ਉਹਨੂੰ ਮੈਂ ਭੰਗ ਆਲਾ ਕਹਿਣਾ ਉਹਨਾਂ ਹਾਂ ਉਹਨੇ ਫੋਰੇ ਨੇ ਮੈਨੂੰ ਕਿਰਾਂ ਪੰਗ ਭੁਲਾਤੀ ਭਾਈ ਓਏ ਹੋਏ ਮੈਂ ਦੋ ਦਿਨ ਬੜਾ ਤਾਂ ਸੌਂ ਕਰਦਾ ਪਹਿਰੇ ਤੁੱਪੇ ਸੋਤਾ ਕਹਿੰਦੇ ਵੀ ਤੁੱਪੇ ਉੱਤਰ ਕੇ ਲੈ ਜਾਂਦੀ ਆ ਉਹ ਮੈਨੂੰ ਆਚਾਰ ਦਿੱਤਾ ਮੂੰਹ ਛਿਲਿਆ ਗਿਆ ਤੇ ਮਤਲਬ ਮੇਰੇ ਕਹਿਦਾ ਵੀ ਇਹ ਗੱਲਾਂ ਗੱਲਾਂ ਕਰਦੇ ਕਰਦੇ ਸੂਈ ਹੋਰ ਚੱਤ ਫੇਰ ਮੈਂ ਉਹਦੇ ਘਰੇ ਚਲੇ ਗਿਆ ਪਿਕਚਰ ਚ ਵੀ ਆ ਮੇਰੇ ਬਾਪੂ ਨੇ ਕੀ ਦੁੱਕੀ ਖੰਗਣੀ ਦਿੱਤੀ ਫੇਮਾ ਦਾ ਗੜ ਪਿਆਵਾਤ ਮੈਂ ਤੂੰ ਆ 21 ਦੁੱਕੀ ਦਾ ਕੀ ਮਤਲਬ ਹੋਏ ਮੈਂ ਕਿਹਾ ਮੈਂ ਪਾਕਿਸਤਾਨ ਪਿਆਰ ਵਧਾਉਣ ਗਿਆ ਤੂੰ ਉਹਨਾਂ ਨੂੰ 21 ਦੁੱਕੀ ਦੱਸਦਾ ਦੋ ਗੱਲਾਂ ਤੇ ਹੋਈ ਇੱਕ ਉਹਨੇ ਪਿਕਚਰ ਦੇ ਵਿੱਚੋਂ ਚਪੇੜ ਮਾਰ ਦਿਖਾਈ ਮੈਂ ਕਿਹਾ ਉਹ ਗੱਲ ਸੁਣ ਓ ਸਾਡਾ ਇੰਨੀ ਪਿਆਰ ਹੋਵੇ ਭਾਈ ਮੇਰੇ ਤੇ ਹੱਥ ਚੱਕ ਲੂ ਦੋਨੇ ਦਾ ਸੀ ਸੱਪ ਸੀ ਕੇ ਨੰਬਰ ਦੇ ਨਾਲ ਇੱਕ ਦੂਜਾ ਮੈਂ ਮੈਂ ਹੱਥ ਚੱਕਣ ਵੀ ਦੇ ਦੂੰ ਠੀਕ ਠੀਕ ਆ ਭਾਈ ਤਗੜਾ ਸੀ ਪਿਆਰੇ ਮਾ ਤੂੰ ਜਥੜਾ ਚੰਗੀ ਗੱਲ ਨਹੀਂ ਕੀਤੀ ਪਿੱਕਚਰ ਜਦੋਂ ਚਲੋ ਅਸੀਂ ਅਸੀਂ ਪੰਜ-ਛਤ ਨੇ ਰੈ ਲਾਈ ਕਹਿੰਦੇ ਕਵਰਾਣਾ ਸਰਦਾਰ ਜੀ ਅਸੀਂ ਤੇਰੇ ਨਾਲ ਦੇਖੋ ਮੈਂ ਨੌਜੋਨਾਂ ਨੂੰ ਕਿਵੇਂ ਭੁੱਲ ਜਾ ਮੈਂ ਗਿਆ ਉਹ ਜਾਂਦੀ ਸਾਰ ਬਜ਼ੁਰਗ ਕਹਿੰਦਾ ਮੈਂ ਗੁੱਡੀਆਂਥ ਲੈ ਜੋ ਸਿੱਖਾਂ ਦੇ ਸੰਸਕਾਰ ਨੇ ਮੈਨੂੰ ਕਹਿੰਦਾ ਪੁੱਤਰਾ ਐਨੇ ਦਰਦ ਆਇਆ ਤੂੰ ਅੱਜ ਆਇਆ ਬਹਿ ਜਾ ਦੁੱਧ ਪੀ ਲਾ ਹੁਣ ਉਹਨੂੰ ਕੀ ਬਰਾਮੀ ਮੈਂ ਕੀ ਬੁਲਾ ਮੈਂ ਕਿਹਾ ਦੁੱਧ ਪੀਊਂਗਾ ਮੈਂ ਤਾਇਆ ਬਾਦ ਪਹਿਲਾਂ ਤੂੰ ਅੱਜ ਬਦਲਾ ਲੈਣਾ ਸਦਿਕ ਕਹਿੰਦਾ ਮੈਂ ਕਹਦਾ ਬਦਲਾ ਲੈਣਾ ਮੈਂ ਕਿਹਾ ਤੂੰ ਬਦਲਾ ਲੈ ਲੈ ਤੈਨੂੰ ਅੱਜ ਮੌਕਾ ਕਹਿੰਦਾ ਕਹਦਾ ਮੈਂ ਕਿਹਾ ਮੈਂ ਡਿਪਟੀ ਧਖੜ ਦਾ ਮੁੰਡਾ ਉਹ ਪਹਿਲਾਂ ਪਿੰਡਾਂ 'ਚ ਮੈਂ ਦੇਖਿਆ ਤੈਨੂੰ ਐਡੇ ਐਡੇ ਸਹਣਾਣੇ ਜੇ ਮੋਟੇ ਮੋਟੇ ਪਿੱਛੇ ਲਾ ਕੇ ਬੈਠ ਹੁੰਦੇ ਤਾਂ ਕੀ ਇਹ ਕਹਿੰਦੇ ਉਹਨਾਂ ਨੂੰ ਤਕੀਏ ਉਹ ਤੇ ਭਾਈ ਉਹ ਐ ਬੈਠਾ ਸੀ ਉਹ ਤਾਂ ਐ ਉੱਠਿਆ ਜਿਵੇਂ ਸ਼ੌਕਰ ਹੁੰਦਾ ਗੱਡੀ ਦਾ ਲੱਗਿਆ ਜੰਪ ਮਾਰ ਕੇ ਤਾਂ ਖੁੰਡ ਮੱਕੀ ਦੀ ਫੜ ਕੇ ਖੁੰਡਾ ਦਾ ਤੂੰ ਇੱਥੋਂ ਚਲਿਆ ਜਾ ਤੂੰ ਚਲਿਆ ਜਾ ਮੈਂ ਕਹਣਾ ਮਾਰ ਦੇ ਕਿਸੇ ਨੂੰ ਨਹੀਂ ਪਤਾ ਇਹ ਬਾਈ ਨੇ ਵੀ ਬਾਅਦ ਮੁੱਕਰ ਜਾਣਾ ਇਹਨੇ ਕਹਣਾ ਕਿ ਉਹ ਇੰਡੀਆ ਨੂੰ ਚਲਿਆ ਗਿਆ ਸੀ ਤੂੰ ਮਾਰ ਦੇ ਤੂੰ ਆਪਣੇ ਪਿਓਰ ਦਾ ਪਾਗਲਾ ਮੈਂ ਮੇਰੀ ਸੁਣ ਲੈ ਗੱਲ ਤੇਰੇ ਘਰੇ ਖੜਾ ਮੇਰੇ ਪਾਪਾ ਜੀ ਨੂੰ ਪਾਗਲ ਨਹੀਂ ਕਹਿਣਾ ਪਰ ਇੱਕੋ ਤੈਨੂੰ ਮੈਂ ਜ਼ਰੂਰ ਕਹਣਾ ਜੇ ਤੂੰ ਮਾਰ ਰਹੀ ਹੈ ਜਾਂ ਮਾਰਨ ਤੋਂ ਪਹਿਲਾਂ ਮੈਨੂੰ ਦੱਸ ਦੀ ਵੀ ਮੇਰੇ ਪਾਪਾ ਜੀ ਗਲਤ ਸੀ ਜਾਂ ਤੇਰਾ ਭਾਈ ਗਲਤ ਸੀ ਠੀਕ ਉਹ ਦੋ ਤਿੰਨ ਮਿੰਟ ਸੋਚ ਕੇ ਨਾਰਮਲ ਜਿਆ ਤੇ ਪਹਿਲਾਂ ਮੈਨੂੰ ਕਹਿੰਦਾ ਤੂੰ ਆਪਣੇ ਪਿਓਰ ਕੇ ਪਾਗਲਾ ਫੇਰ ਕਹਿੰਦਾ ਮੈਂ ਕਿਹਾ ਮੈਂ ਤੈਨੂੰ ਕਹਿਣਾ ਪਾਪਾ ਜੀ ਦੇ ਬਾਰੇ ਕੁਝ ਨਹੀਂ ਸ਼ਬਦ ਕੋਲੋਂ ਪਹਿਲਾਂ ਦੱਸ ਮੈਨੂੰ ਕਹਾਂ ਦੋਨੋਂ ਸਹੀ ਸੀ ਮੈਂ ਦੋਨੋਂ ਕਿਵੇਂ ਸਹੀ ਹੋ ਸਕਦੇ ਨੇ ਇੱਕ ਡਾਕੂ ਇੱਕ ਪੁਲਿਸ ਅਫਸਰ ਕਹਿੰਦਾ ਮੇਰਾ ਘਰ ਦੀ ਨਾ ਅਰੇ ਵਾਕੇ ਹੀ ਉਹਦੀ ਅੱਖਾਂ ਚ ਪਾਣੀ ਆ ਗਿਆ ਬਜ਼ੁਰਗ ਦੇ ਵਿਚਾਰੇ ਪਰ ਇੰਨਾ ਇੱਕ ਗਰੀਬ ਵਿਚਾਰਾ ਉਹ ਸੋ ਸੋ ਮੇਰਾ ਬੜਾ ਮਨ ਦੁਖਿਆ ਕਹਿੰਦਾ ਇਹ ਐਡੇ بڑے ਡਾਕੂ ਦਾ ਘਰ ਜਿਹਨੂੰ ਮਹਾਰਾਜਾ ਫਰੀਦਕੋਟ ਫੋਰਸਾਂ ਲਾ ਲਾ ਕੇ ਹੰਬ ਗਿਆ ਇੱਕ ਤੇਰਾ ਹੀ ਪਿਓ ਨੇ ਜ਼ੁਰਤ ਕੀਤੀ ਕਹਿੰਦਾ ਮੇਰੇ ਭਾਈ ਕੋਲ ਦੀ ਕੋਈ ਲੰਗਦਾ ਨਹੀਂ ਸੀ ਕਹਿੰਦਾ ਮੇਰਾ ਭਾਈ ਡਾਕਾ ਮਾਰਨ ਤੋਂ ਪਹਿਲਾਂ ਉਹ ਪਲੈਨਿੰਗ ਬਣਾ ਲੈਂਦਾ ਵੀ ਆਹ ਰੁਪਈਏ ਮੈਂ ਫਲਾਨੀ ਫਲਾਨੀ ਥਾਂ ਤੇ ਲਾਉਂਦੇ ਆ ਉਹਨੇ ਘਰ ਕੇ ਤੇ ਦੋਨੀ ਨਹੀਂ ਸੀ ਦਿੱਤੀ ਕਹਿੰਦਾ ਉਹਦਣ ਤੇਰੇ ਪਿਓ ਕੋ ਪਠਾਣੀ ਰਫਲ ਸੀ ਤੇ ਮੇਰੇ ਭਾਈ ਕੋ ਸਾਦੀ ਸੀ ਕਹਿੰਦਾ ਤਾਂ ਮਾਰ ਗਿਆ ਮੇਰਾ ਭਾਈ ਜਾਂ ਡੋਲੇ ਸੀ ਤੇਰਾ ਪਿਓ ਟਿੱਬੇ ਤੇ ਮੈਨੂੰ ਉਦੋਂ ਪਤਾ ਲੱਗਿਆ ਵੀ ਪਠਾਣੀ ਰਫਲ 3 ਨਾ 3 ਨੂੰ ਕਹਿੰਦੇ ਨੇ ਬੋਲਟ ਵਾਲੀ ਨੂੰ ਕਹਿੰਦਾ ਉਹਦੇ ਕੋਲ ਸੀ ਤੇ ਕਹਿੰਦਾ ਤੇਰੇ ਪਿਓ ਨੇ ਡਿਊਟੀ ਨਾ ਭਾਈ ਮੇਰੇ ਪਿਓ ਨੇ ਧੰਨਵਾਦ ਦੋਈ ਸੀ ਹਰ ਭਾਈ ਜੀ ਮੈਂ ਦੁਬਾਰਾ ਫੇਰ ਉਹਦੇ ਪੈਰੀ ਹੱਥ ਲਾਇਆ ਬਜ਼ੁਰਗ ਦੀ ਫੇਰ ਉਹਨੇ ਦੁੱਧ ਮੰਗਾਇਆ ਕਹਿੰਦਾ ਹੁਣ ਤੱਕ ਕੰਜਰਾ ਪੀਵੇਂਗਾ ਕਿ ਆਹ ਫੇਰ ਮੈਨੂੰ ਕਹਿੰਦੇ ਰ ਮੈਂ ਨਹੀਂ ਮੁਕਰਦਾ ਛਰੀਆਮ ਕਹਿਣਾ ਮੈਂ ਕਿ ਹੁਣ ਮੈਂ ਪੀ ਲੂੰਗਾ ਉਹ ਕਹਿਣ ਵਿੱਚ ਵੀ ਪਿਆਰ ਸੀਗਾ ਪਿਆਰ ਚਾਹ ਨਾਟ ਅ ਬੈਡ ਸੈਂਸ ਨਾਟ ਅ ਬੈਡ ਸੈਂਸ ਫਿਰ ਜੇ ਮੈਂ ਕਿਹਦੇ ਨਾ ਜਾਣਾ ਉਹ ਕਹਿੰਦਾ ਉਹ ਲਿਆਓ ਇਹ ਕੰਜਰ ਨੂੰ ਸ਼ਰਾਰਤੀ ਨੂੰ ਆਇਆ ਨਹੀਂ ਉਹ ਫੇਰ ਮੇਰੇ ਗੱਲ ਪੈ ਜਾਣਾ ਭਾਈ ਤੇ ਉਹਨੇ ਫਿਰ ਇਹ ਥਲੀ ਨੇ ਲਿਖਿਆ ਵੀ ਭਾਈ ਦੇ ਕਾਤਲ ਨੂੰ ਉਹਨੇ ਮਾਫ ਕੀਤਾ ਮੈਂ ਕਹੇ ਗੱਲ ਗਲਤ ਓ ਤੂੰ ਇਹ ਕਿਉਂ ਪਾਇਆ ਮਾਫ਼ਤਾ ਤਾਂ ਹੋ ਜੇ ਮੈਂ ਮਾਫੀ ਮੰਗੀ ਹੋਵੇ ਤੂੰ ਇਹ ਲਿਖ ਵੀ ਉਹਨੇ ਬੜਪਣ ਦਿਖਾਇਆ ਉਹਦੇ ਭਾਈ ਦੇ ਕਤਲ ਦਾ ਮੁੰਡਾ ਆਇਆ ਉਹਨੂੰ ਢਿੱਡ ਨਾਲ ਲਾਇ ਤੂੰ ਇਹ ਤੂੰ ਕਿਉਂ ਕਹਿਣਾ ਵੀ ਉਹਨੇ ਮਾਫ ਕਰਤਾ ਮੈਂ ਕੋਈ ਮਾਫੀ ਮੰਗਣ ਗਿਆ ਸੀ ਜਾਂ ਤਾਂ ਮੈਂ ਮਾਫੀ ਮੰਗੀ ਹੋਵੇ ਫਿਰ ਤੂੰ ਮੈਨੂੰ ਕਹਿ ਮੈਂ ਮਾਫੀ ਮੰਗੀ ਇਹ ਤੇਲੀ ਗਲਤ ਕਰਨਾ ਚਲੋ ਬੰਸੀ ਹਾਂ ਬਹੁਤ ਬੇਟਾ ਦੇਖੋ ਜੀ ਮੈਂ ਕਹਿੰਦਾ ਉਹ ਅੱਲਾਹ ਤਾਲਾ ਉਹਨੂੰ ਮੈਂ ਫਿਰ ਉਹਨੂੰ ਵੀ ਕਹਿੰਦਾ ਸੁਰਗ ਵਿੱਚ ਬਸਾ ਦੇਵੇ ਉਹਦਾ ਵਿਚਾਰਦਾ ਜਿੰਨਾ ਉਹ ਮੈਨੂੰ ਪਿਆਰ ਕਰ ਫਿਰ ਮੈਂ ਕਹਿੰਦਾ ਫਿਰ ਦੇਖਦਾ ਹੁਣ ਤਾਂ ਤਾਂ ਆਇਆ ਆਪਾਂ ਪਿਆਰ ਪੈ ਗਿਆ ਰਗੜਦੇ ਮੈਨੂੰ ਬੱਲੇ ਬੱਲੇ ਤੂੰ ਚਾ ਲੋ ਕੁੱਤਾ ਨਾ ਹੋਵੇ ਮੈਨੂੰ ਉਹ ਗਾਲ੍ਹਾਂ ਵੀ ਕੱਢ ਦਿੰਦੇ 20 ਕੁਛ ਕਹਿੰਦੇ ਮੈਂ ਗੁੱਸਾ ਮੈਨੂੰ ਛੇੜੀ ਜਾਣਾ ਮੈਂ ਕਦੇ ਨਹੀਂ ਹੁੰਦਾ ਅਰ ਜਿੰਨੀਆਂ ਮੱਕੀ ਦੀਆਂ ਧੀਆਂ ਪੈਣਾ ਜਿੰਨੇ ਬੰਦੇ ਜਿੰਨੀ ਬੇਟੇ ਮੈਨੂੰ ਇੱਜ਼ਤ ਮਾਨ ਮਿਲਿਆ ਛੱਡ ਗੱਲਾਂ ਉਹ ਹਾਲਾਂਕਿ ਅਮੀ ਨੇ ਕਹਿਣਾ ਪੁੱਤ ਤੂੰ ਇਹਨਾਂ ਦੇ ਸੁਹਾਖੇ ਖਾਈ ਜਨਾ ਤੂੰ ਇੰਡੀਆ ਕੇ ਮੈਂ ਬੇਬੇ ਮਾ ਦਰਬਾਰ ਸਾਹਿਬ ਚ ਕੁੜਲੀਆਂ ਕਰ ਦੂੰ ਪਰ ਮੈਂ ਕਿਹਾ ਦੇਖ ਮੈਂ ਕਿਹਾ ਮੈਂ ਗੋਗੂ ਨਹੀਂ ਖਾਂਦਾ ਅਰ ਉਹ ਵੀ ਉਹ ਬਹਿਮਾ ਕੀ ਮੈਂ ਮੈਂ ਗੱਲ ਖਾਂ ਮੈਂ ਨਹੀਂ ਪਰ ਮੈਂ ਮੁਰਗਾ ਹੀ ਖਾਂਦਾ ਕੱਲਾ ਇੱਕ ਵਾਰ ਭਾਈ ਮੈਂ ਤੁਹਾਨੂੰ ਇਹ ਗੱਲ ਦੱਸਣਾ ਆਪਣੇ ਇਹਨੇ ਅਲੀ ਚੇਅਰਮੈਨ ਦੇ ਦਫ਼ਤਰ ਰਖ ਲਈ ਮੈਂ ਕਿਹਾ ਅਲੀ ਮੁਰਗਾ ਮਰਗਾ ਬੱਢ ਲਿਆ ਉਹ ਮੈਂ ਬੱਢ ਲਿਆ ਕਹਤਾ ਭਾਈ ਵਿਫਤਾ ਖੜੀ ਪੈ ਗਈ ਅਲੀ ਦਾ ਪਿਓ ਕਹਿੰਦਾ ਸੜ ਦੋ ਸਾਲੇ ਨੂੰ ਉਹ ਮੈਂ ਕਿਹਾ ਸੱਟੋ ਨਾ ਮੇਰੇ ਵਾਲਾ ਮੈਨੂੰ ਖੜਾ ਬੋ ਮੈਂ ਕਿਹਾ ਸੱਟ ਦੇ ਕਹਨੂੰ ਮੇਰੇ ਤਾਂ ਮੈਨੂੰ ਖੜਾ ਬੋ ਅਲੀ ਕਹਦਾ ਹੁਣ ਤਾਂ ਕੱਦੂ ਖਾਣਾ ਪੈਣਾ ਮੈਨੂੰ ਉਹਦੀ ਗੱਲ ਚੇਤੇ ਆ ਅਰ ਉਹ ਜਦ ਸਟਾਤਾ ਯਕੋ ਮੈਨੂੰ ਨਹੀਂ ਸੀ ਪਤਾ ਉਹਦੇ ਸੰਸਕਾਰ ਦਾ ਸਾਡਾ ਬੰਨਚ ਹੁੰਦਾ ਹੁਣ ਜੋ ਮਰਜੀ ਪੁੱਛਣਾ ਪੁੱਛੋ ਅੱਛਾ ਮੈਂ ਹੋਰ ਗੱਲ ਦੱਸਣੀ ਚਾਹੁੰਨਾ ਮੈਂ ਸ਼ਾਇਦ ਮੈਂ ਇਹ ਨਾ ਹਾਂ ਉਹ ਕਿਉਂਕਿ ਮੇਰੇ ਮਨ 'ਚ ਵੀ ਕੋ ਗਿਲੇ ਵੀ ਸੀ ਸ਼ਿਕਵੇ ਵੀ ਸੀ ਕਿਉਂਕਿ ਮੇਰੇ ਬਿਜੀ ਪੂਰੇ ਹੋਏ ਮੈਂ ਚਿੱਠੀਆਂ ਪਾਈਆਂ ਡਾਕਟਰ ਨੂੰ ਇਧਰ ਕੋਈ ਜਵਾਬ ਨਹੀਂ ਸੀ ਗਿਆ ਮੈਂ ਥੋੜਾ ਡਿਪਰੈਸ ਹੋ ਗਿਆ ਸੀ ਪਿਕਚਰ ਨੇ ਹਾਈਲਾਈਟ ਕਰਤਾ ਬੜੇ ਵੀ ਜੁੜੇ ਅਜਿਹਾ ਮੇਰਾ ਹੈ ਮੇਰਾ ਪੁੱਤ ਸਾਹਮਣੇ ਬੈਠਾ ਮੈਂ ਇਹਨੇ ਜਾਸਰ ਨੇ ਕਈ ਵਾਰ ਮੈਨੂੰ ਟੈਲੀਫੋਨ ਕਰਨਾ ਇੰਟਰਵਿਊ ਮੈਂ ਟਰਕਾਈ ਜਾਣਾ ਕਿਉਂਕਿ ਮੈਂ ਮਨੋ ਵੀ ਦੇਖੋ ਮਨਾ ਵੀ ਉਹ ਟੱਬਰ ਨੂੰ ਇੰਨਾ ਪਿਆਰ ਦਾ ਅਸੀਂ ਗਨਾਹ ਕੀ ਕਰਤਾ ਉਹਦੇ ਕਰਕੇ ਫੇਰ ਫੇਰ ਦੁਬਾਰਾ ਮੈਨੂੰ ਇਹ ਕੁਲਦੀਪ ਵੀਰ ਮੇਰਾ ਗਮੰਡੀ ਆ ਕਰਵੀਰ ਜੀ ਦਾ ਮੈਨੂੰ ਟੈਲੀਫੋਨ ਆਇਆ ਜੇ ਵੀ ਦਾ ਆ ਬੇ ਸਰਦਾਰ ਜੀ ਜਥੇ ਨਾ ਜਾਣਾ ਮੈਂ ਕਿਹਾ ਵੀ ਮੈਂ ਪਾਕਿਸਤਾਨ ਨਹੀਂ ਜਾਣਾ ਮੈਂ ਲੱਕੜੀ ਦਾ ਮੁੰਡਾ ਦੇਈ ਜਾਂਦਾ ਸੀ ਹਰੇਕ ਨੂੰ ਵੀ ਜੋਂ-ਜੋਂ ਮੈਂ ਕਿਹਾ ਯਾਰ ਮੈਂ ਨਹੀਂ ਜਾਣਾ ਕਿਉਂਕਿ ਕਿਤਾਬ ਦੇਖੋ ਮੈਂ ਹੁਣ ਵੀ ਕਹਿ ਕੇ ਚੱਲਿਆ ਵੀ ਕਿਤਾਬ ਜਦੋਂ ਮੇਰੇ ਭਰਾ ਨੇ ਵੀ ਮੈਂ ਤੇ ਤੋਂ ਨਾ ਵੱਡਾ ਤੂੰ ਘਟ ਘਟ ਮੈਨਾਂ ਕੋਈ ਪਿਆਰ ਨਾਲ ਗੱਲ ਕਰਦਾ ਫਿਰ ਤੇਰੀ ਸਿੱਖੀ ਸੇਵਕੀ ਇੰਨੀ ਆ ਤੇਰੇ ਮਰੀਦ ਇੰਨੇ ਆ ਤੂੰ ਮਰੀਦਾਂ ਨਾਲ ਤੂੰ ਘਟੋ ਘਟ ਫਿਰ ਤੈਨੂੰ ਪਤਾ ਮੈਂ ਨਸਲ ਕਿਹੜੀ ਦਾ ਨਸਲ ਤਾਂ ਮੇਰੀ ਵੀ ਸਰਜੀਤ ਵਾਲੀ ਹੋਣਾ ਨਾ ਨਾ ਤਾਂ ਉਹਨੇ ਉਂਗਲੀ ਜ਼ਿੰਦਗੀ ਤੇ ਰਹੀ ਜਾਣਾ ਮੈਂ ਤੇ ਰਹੀ ਆ ਜਿਹੜਾ ਬੰਦੇ ਨੇ ਆਪਣੇ ਪਿਓ ਦੀ ਪਰਵਾਹ ਨਹੀਂ ਕੀਤੀ ਉੱਤੋਂ ਮੈਂ 19 ਸਾਲ ਦੀ ਉਮਰ 'ਚ ਮਾਉਣਾ ਨਾ ਉਹ ਅੱਡ ਹੋ ਗਿਆ ਜਿਹਨੇ ਮੈਨੂੰ ਕਰੋੜਾਂ ਦੀ ਜਾਇਦਾਦ ਦਿੱਤੀ ਮੈਂ ਤੀਏ ਤੋਂ ਹੀ ਖਾ ਲੂੰਗਾ ਨਹੀਂ ਫਿਰ ਇਹਨਾਂ ਨੇ ਜਦੋਂ ਮੈਨੂੰ ਜੇਵੀ ਨੇ ਵੀ ਕਿਹਾ ਵੀ ਕੁਲਵੀਰ ਤੁਹਾਡੇ ਨਾਲ ਜਾਉ ਦੇਖੋ ਇਹਨਾਂ ਨੇ ਫਿਰ ਮੈਂ ਕੁਲਵੀਰ ਬਾਰੇ ਪਤਾ ਕੀਤਾ ਹਾਲਾਂਕਿ ਮੈਨੂੰ 3-4 ਕਿਲੋਮੀਟਰ ਦਾ ਪਤੰਦਰ ਮੈਨੂੰ ਪਤਾ ਉਹ ਮੈਨੂੰ ਕਹਿੰਦੇ ਤੁਸੀਂ ਜਾਣਦੇ ਨਹੀਂ ਕੋਈ ਚੇਅਰਮੈਨ ਸਾਹਿਬ ਤੁਸੀਂ ਦੇਖੋ ਤੁਹਾਨੂੰ ਪਤਾ ਹੀ ਨਹੀਂ ਕੋਈ ਗਾ ਸਰਪੰਚ ਸਾਹਿਬ ਉਹ ਮੈਂ ਕਿਹਾ ਵੀ ਨਹੀਂ ਹੋਏ ਯਾਰ ਕਹਿੰਦਾ ਆਪਣਾ ਉਹ ਕੁਲਵੀਰ ਆ ਜਿਹੜਾ ਦਿੱਲੀ ਮੋਰਚੇ 'ਚ ਬੰਦੇ ਇਕੱਠੇ ਕਰਕੇ ਬੁੜੇ-ਬੁੜੀਆਂ ਭੇਜਦਾ ਜੱਟਾਂ ਨੂੰ ਉਹ ਤਾਂ ਮੀਆਂ ਮਾਲਕ ਤੀਵੀ ਦੋਨੇ ਕਹਿੰਦੇ ਨਹਿਰ ਤੇ ਬੋਰ ਲਈ ਖੜੇ ਹੋਏ ਕਿਸਾਨ ਮੋਰਚਾ ਜਿੰਦਾਬਾਦ ਦਿੱਲੀ ਪਹੁੰਚੋ ਕਿਸਾਨ ਮੂਰਤਾ ਜਿੱਦਾਂ ਹੋ ਮੈਂ ਕਿਹਾ ਯਾਰ ਕਮਾਲ ਹੋ ਗਈ ਐਡਾ ਵਧੀਆ ਬੰਦਾ ਮੈਨੂੰ ਮਿਲੇ ਹੀ ਨਾ ਫਿਰ ਸਾਡੀ ਟੈਲੀਫੋਨ ਤੇ ਗੱਲ ਹੋਈ ਮੈਂ ਕਿਹਾ ਕੁਲਵੀਰ ਬੇਟੇ ਵੀ ਮੈਂ ਤਾਂ ਮਿਲੇ ਮੈਨੂੰ ਕਿਹਾ ਅੰਕਲ ਮੇਰੇ ਪਿੰਡ ਹੈਗਾ ਫੰਕਸ਼ਨ ਤੁਸੀਂ ਆਓ ਉਹ ਦਿਨ ਲੱਕੀ ਲਈ ਮੈਂ ਕਿਹਾ ਵੀ ਮੈਂ ਆਉਂਗਾ ਮੈਨੂੰ ਸੇਵਾ ਦੱਸੋ ਇਹ ਮੈਨੂੰ ਆ ਤੁਹਾਡੀ ਸ਼ਰਦਾ ਮੈਨੂੰ ਬਾਰਡਿੰਗ ਨਹੀਂ ਦੇ ਲੈ ਕੁਲਵੀਰ ਤੇਰੇ ਭੁੱਲੇ ਮੈਂ ਉਦੋਂ ਮੈਨੂੰ ਪਤਾ ਨਹੀਂ ਕੀ ਐਮਰਜੈਂਸੀ ਪੈ ਗਈ ਉਹ ਤੇ ਮਰ ਗਿਆ ਤੇ ਮੈਂ ਵੀ ਕਰਵੀਰ ਸੌਰੀ ਮੈਂ ਆ ਨਹੀਂ ਸਕਿਆ ਇਹ ਕਹਿੰਦਾ ਮੈਨੂੰ ਨਹੀਂ ਪਤਾ ਮੈਨੂੰ ਪਾਸਪੋਰਟ ਇਹਨੇ ਕੀ ਕੜੀ ਲੈਣੀ ਸੀ ਮੇਤੋਂ ਘਰੋਂ ਮੇਰਾ ਪਾਸਪੋਰਟ ਮੇਰਾ ਮੇਰੇ ਬੇਟੇ ਦਾ ਫਿਰ ਬੇਟਾ ਮੇਰਾ ਜਿਤ ਕਰਨ ਲੱਗਾ ਕਹਿੰਦਾ ਪਪਾ ਜੀ ਮੈਨੂੰ ਨਹੀਂ ਪਤਾ ਵੀ ਉਹ ਕਰ ਅਮਤਾ ਜੀ ਦੇਖ ਪਰ ਤੇ ਜਾਣਾ ਹੈ ਕਹਿੰਦਾ ਮੈਂ ਅਮਤਾ ਜੀ ਦੇਖਦਾ ਨਹੀਂ ਬੀ ਗੱਲ ਸੁਣਦਾ ਰਹਿਣਾ ਮੈਂ ਚੱਲ ਬੇਟੀ ਠੀਕ ਆ ਤੇ ਮੇਰੇ بڑے ਭਾਈ ਦਾ ਪੁੱਤਾ ਇੱਕ ਮੇਰਾ ਬੇਟਾ ਤਿੰਨਾਂ ਨੇ ਪਾਸਪੋਰਟ ਅਸੀਂ ਕਲਵੀਰ ਬੇਟੇ ਨੂੰ ਫੜਾਤੇ ਉਹਨਾਂ ਦੋਨਾਂ ਦਾ ਵਿਚਾਰਿਆਂ ਦਾ ਨਹੀਂ ਲੱਗਿਆ ਮੇਰਾ ਲੱਗ ਗਿਆ ਅਰਹੁ ਨੂੰ ਇਨਾ ਦੁੱਖ ਮੈਂ ਕਿਹਾ ਬੇਟਾ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਵੀ ਜਦੋਂ ਮੌਸਮ ਨੋਰਮਲ ਆਇਆ ਠੀਕ ਵੀ ਜੇ ਕਿ ਵੀ ਨੇ ਕੋਈ ਸ਼ਪਾਰਸ਼ ਨਾ ਆਪਾਂ ਨੂੰ ਗੱਡੀ ਲੈ ਜਾਣ ਦੀ ਪਰਮਿਸ਼ਨ ਮਿਲ ਗਈ ਹੁਣ ਤਾਂ ਮੈਨੂੰ ਪਤਾ ਲੱਗ ਗਿਆ ਵੀ ਮੈਂ ਮੈਂ ਕਮੜਾ ਨੂੰ ਮੈਂ ਗੱਡੀ ਲਿਆ ਹਾਂ ਮੈਂ ਆਪਣਾ ਤੇਲ ਭੂਕੂ ਹੁਣ ਮੇਰੇ ਮੇਰੇ ਪੁੱਤ ਤਿੰਨ ਚਾਰ ਗੱਡੀਆਂ ਲਈ ਫਿਰਦੇ ਨੇ ਹੁਣ ਤਾਂ ਤੁਹਾਨੂੰ ਵੀ ਲਾਉਂਗਾ ਬਾਰਡਰ ਤੇ ਜਦੋਂ ਦੁਬਾਰਾ ਆਵਾਂਗਾ ਠੀਕ ਹੈ ਨਹੀਂ ਦੇਖੋ ਤੁਹਾਡੇ ਵਰਗੇ ਪੁੱਤ ਰੱਬ ਰੇਕ ਨੂੰ ਦਵੇ ਦੇ ਬੇਟਾ ਚੈਨਲ ਦੁਨੀਆ ਚ ਚਲਾਉਂਦੀ ਆ ਤੇ ਬੇਟੇ ਮੈਂ ਉੱਚਾ ਬੋਲਾਂ ਬੋਲੀਏ ਸੱਚੇ ਪਾਤਸ਼ਾਹ ਰੱਬ ਤੋਂ ਡਰੀ ਚੜ੍ਹਦੇ ਪੰਜਾਬ ਚ ਮੇਰੀ ਇੰਨੀ ਕੁ ਵੈਲਿਊ ਹੈਗੀ ਆ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਆਏ ਸਸਪੀ ਉਸ ਵੀ ਮੜਮੋਟੇ ਅਫਸਰ ਦਾ ਮੈਂ ਜੱਫੀ ਪਾ ਕੇ ਮਿਲਦਾ। ਇਦਾਂ ਅਫਸਰ ਇਕੱਠੇ ਮਿਲਿਆ ਕਿਸੇ ਬਾਈ ਮੈਂ ਕਿਹਾ ਜਨਾਬ ਤੁਹਾਨੂੰ ਦੇਖ ਕੇ ਤਾਂ ਅਸੀਂ ਉੱਠਣਾ। ਉਹ ਕਹਿੰਦਾ ਗੁੱਲੂ ਸਾਹਿਬ ਤੁਹਾਡਾ ਕੋਈ ਮੁੱਲ ਨਹੀਂ। ਸਿਰਫ ਕੀ ਆ ਬਾਈ ਜੀ ਮੇਰਾ ਕੈਰੇਕਟਰ। ਕੈਰੇਕਟਰ ਦੀ ਗੱਲ ਅਸਲ ਚੀਜ਼ ਇਹ ਹੁੰਦੀ ਆ। ਸਨ 78 ਜਿਵੇਂ ਤੋਂ ਕੋਈ ਗਲਤੀ ਸਵੇਰ ਉੱਠ ਕੇ ਕਹਦਾ ਮੈਂ ਸ਼ਰਾਬ ਨਹੀਂ ਪੀਣੀ। ਬਾਈ ਸਰਜੀਤ ਕਹਿੰਦਾ ਤੂੰ ਕਿਵੇਂ ਕੱਟੇਂਗਾ? ਤੂੰ ਤਾਂ ਰਹਿੰਦਾ ਨਹੀਂ। ਮੈਂ ਬਾਈ ਮੈਂ ਨਹੀਂ ਪੀਣੀ। ਉਹ ਤੋਂ ਬਾਅਦ ਇੱਕ ਵਾਰ ਪੀਤੀ। ਉਹ ਵੀ ਸਰਦਾਰ ਬੂਟਾ ਸਿੰਘ ਜਦੋਂ ਹੋਮ ਮਿਨਿਸਟਰ ਬਣੇ। ਮੇਰੇ ਉਹਨਾਂ ਨਾਲ ਬੜੀ ਨੇੜਤਾ ਪਿਆਰ ਸੀ ਉਹ ਮੈਨੂੰ ਹਿੰਦੁਸਤਾਨ ਦਾ ਹੋਮਨਿਸਟਰ ਬਣਨਾ ਕਿ ਤੇ ਛੁੱਟੀ ਗੱਲ ਆ ਤੇ ਦੇਖੋ ਬੜੀ ਹੋਈਆਂ ਖਿੱਤੀਆਂ ਮਿੱਠੀਆਂ ਜਾਦਾ ਅੱਜ ਵੀ ਨੇਮਦਵਾਲੋ ਇਹ ਬੇਟੇ ਦੀ ਵਿਚਾਰੇ ਦੀ ਐਸਐਸਪੀ ਸਾਹਿਬ ਖਾਰੇ ਖੜੇ ਮੈਂ ਕਿਹਾ ਮੈਂ ਕਿਹਾ ਜੀ ਇਹ ਬੰਦੇ ਨੂੰ ਮੈਂ ਹਾਲਾਂਕਿ ਉਦੋਂ ਇੰਜ ਮੈਂ ਕਿਹਾ ਜੀ ਇਹਨੇ ਮੈਨੂੰ ਮੇਰੀ ਭਾਈ ਸੀ ਮੜੀ ਤੇ ਫੁੱਲ ਪਾ ਕੇ ਦਿਖਾਇਆ ਉਹ ਮੇਰੀ ਹਿੱਕ ਤੇ ਪਈ ਮਨੂੰ ਮੈਂ ਅੱਜ ਵੀ ਜिद ਕਰਦਾ ਸੀ ਮੈਂ ਜਾਣਾ ਬਾਈ ਦੀ ਮੜੀ ਦੇ ਉੱਤੇ ਫੁੱਲ ਚੜਾ ਕੇ ਮੈਂ ਉੱਥੋਂ ਮੁੜ ਜਾਣਾ ਤੁਸੀਂ ਦੋਨੇ ਗੱਡੀ 'ਚ ਮੇਰੇ ਗੱਲ ਪਈ ਆ ਇਹ ਮੇਰਾ ਦਿਲ ਪੁੱਛ ਜਾਂ ਤੂੰ ਦੱਸ ਮੈਂ ਸੱਚਾ ਕਿ ਨਾ ਮੈਂ ਗਲਤ ਸੀ ਇਹ ਗੱਲ ਅੱਬੂ ਦੀ ਮੈਨੂੰ ਗੱਲ ਕਹਿਣੀ ਬਣਦੀ ਸੀ ਮੇਰੇ ਹਿੱਕ 'ਚ ਵੱਜੀ ਪਈ ਸੀ ਵੀ ਨਿਆਣੇ ਜੰਮ ਕੇ ਸੱਟ ਗਿਆ ਮੈਂ ਭਾਲ ਤੇ ਕੋਈ ਦੱਸੋ ਗਿਆ ਯਾਰ ਕਮ ਜੋ ਇਹ ਤਾਂ ਬਹੁਤ ਮਾੜੇ ਲਫ਼ਜ਼ ਆ ਜੀ ਐਵੇਂ ਬੋਲਣੇ ਨਹੀਂ ਮੈਂ ਇਹਨਾਂ ਦਾ ਸ਼ਰੀਕ ਨਹੀਂ ਫਿਰ ਜੇ ਇਹ ਗਿਲਾ ਕਰਨ ਮੇਰੇ ਮਾਂ ਪਿਓ ਤੇ ਕਰਨ ਜਿਨ੍ਹਾਂ ਦੇ ਕੋਟ ਰਿਹਾ ਜਾਂ ਪੰਜਾਂ ਭਾਈਆਂ ਦੇ ਕਰਨ ਮੈਂ ਤਾਂ ਕੋਈ ਕਮਾਈ ਨਹੀਂ ਖਾ ਲਈ ਵਿਚਾਰੇ ਦੀ ਫਿਰ ਇਹਨੇ ਇਹਨੇ ਦਾ ਬਚਾਰਨੇ ਦੇਖਿਆ ਜਾਂ ਆ ਭਾਬੀ ਨੇ ਵਿਚਾਰਾ ਨੇ ਦੇਖਿਆ ਭਾਬੀ ਨੇ ਵਿਚਾਰੀ ਨੇ ਜਿੰਨਾ ਪਿਆਰ ਦਿੱਤਾ ਮੈਂ ਇਹਨੇ ਨਹੀਂ ਕਿਸ ਨੇ ਦਿੱਤਾ ਅੱਛਾ ਅੰਕਲ ਜੀ ਜਦੋਂ ਤੁਸੀਂ ਆਪਾਂ ਗੱਲ ਕਾਫੀ ਲੰਬੀ ਹੋ ਗਈ ਆ ਜਦੋਂ ਉੱਥੋਂ ਤੁਸੀਂ ਫਾਈਨਲੀ ਆ ਰਹੇ ਆ ਵੀ ਵਾਪਸ ਹੁਣ ਨਹੀਂ ਆਣਾ ਪੱਕੇ ਪੱਕੇ ਪਾਕਿਸਤਾਨ ਆ ਜਾਣਾ ਤੁਹਾਡੇ ਘਰਦਿਆਂ ਦੇ ਕੀ ਹਾਲਾਤ ਸੀਗੇ ਕਿਉਂਕਿ ਇੱਕ ਲੰਬਾ ਅਰਸਾ ਜਿਹੜਾ ਉੱਥੇ ਗੁਜ਼ਾਰਿਆ ਸੀ ਬੀਟੀ ਉਹ ਮੈਂ تنਕੀ ਦੱਸਾਂ ਉਹ ਪਿਕਚਰ ਦੇ ਵਿੱਚ ਜੋ ਮੈਂ ਬਾਅਦ ਚ ਬੋਲਿਆ ਸ੍ਰੀ ਮੈਜ਼ਨ ਜਿਵੇਂ ਮੇਰਾ ਹੁਣ ਤਾਂ ਕੁਝ ਨਹੀਂ ਡੇਢ ਘੰਟੇ ਦੇ ਵਿੱਚ 2 ਮਿੰਟ ਦੀ ਰਿਕਾਰਡਿੰਗ ਹੋਈ ਸੀ ਡੇਢ ਘੰਟਾ ਲੱਗੇ ਰਿਹਾ ਰਿਕਾਰਡਿੰਗ ਚਾਲੂ ਕਰਨੀ ਫਿਰ ਮਨ ਪਰ ਆਉਣਾ ਰਿਕਾਰਡਿੰਗ ਚਾਲੂ ਕਰਨੀ ਬਾਈ ਨੂੰ ਯਾਦ ਕਰਕੇ ਤਾਂ ਮੈਂ ਮੋਸ਼ਰ ਨੂੰ ਤੇ ਮਾਦਾ ਦਾ ਕੀ ਬਣਦਾ ਸੀ ਜਦੋਂ ਮੈਂ ਇਹ ਛੱਡ ਦੋ ਜਿੰਨੀ ਮੇਰੀ ਮਾਂ ਨੇ ਇਹਨੂੰ ਪਿਆਰ ਕੀਤਾ ਤੁਹਾਨੂੰ ਮੈਂ ਆਫ ਦਾ ਰਿਕਾਰਡ ਦੱਸੀ ਉਹ ਗੱਲ ਵੀ ਲੱਗਣ ਨੇ ਸਵੇਰ ਉੱਠ ਕੇ ਕਹਿਣਾ ਵੀ ਆਹ ਕੀ ਦੇਖੋ ਮੈਂ ਕਿਹਾ ਮੈਂ ਬਾਈ ਦੀ ਉਹ ਗੱਲ ਨਹੀਂ ਕਰੂੰਗਾ ਉਹਦੇ ਵਿੱਚ ਵੀ ਬੀਜੀ ਦਾ ਅਰ ਬਾਈ ਦਾ ਪਿਆਰ ਸੀ ਪਿਆਰ ਸੀ ਉਹਦੇ ਵਿੱਚ ਵੀ ਅਰ ਕੋਈ ਗੱਲ ਹੋਣੀ ਆ ਜੇ ਬੀਜੀ ਨੇ ਵੀ ਕਹਿਣਾ ਬਾਈ ਨੇ ਵੀ ਕਹਿ ਦੇਣਾ ਹਾਲਾਂਕਿ ਦੇਖੋ ਸਾਡੀ ਫਸਲ ਵੇਚਣ ਜਾਵੇ ਬਾਈ ਜਾਵੇ ਨਾ ਜਾਵੇ ਜੇ ਮੈਨੂੰ ਕਹੇ ਵੀ ਵਾ ਮੈਨੂੰ ਕਹਿਣਾ ਹੁਣ ਪਤੰਦਰਾ ਕਿਵੇਂ ਆ ਮੈਂ ਕਹਣਾ ਬਾਈ ਯਾਰ ਹੱਥ ਤੰਗ ਆ ਮੈਂ ਉਹਨੇ ਕਹਣਾ ਫੇਰ ਮੈਂ ਕਹਿੰਦਾ ਮੋਰਸਲ ਦੇ ਜੋਗੇ ਤੇਲ ਵੀ ਫੇਰ ਕੇ ਸਾਨੂੰ ਵੱਡੇ ਭਾਈ ਇਹਨਾਂ ਦੋਨਾਂ ਨੇ ਰਹਿ ਲਉਣੀ ਦੇਖੋ ਮੈਂ ਤਾਂ ਹੁਣ ਵੀ ਕਹਿੰਨਾ ਪਹਿਲਾਂ ਵੀ ਕਹਿੰਦਾ ਸੀ ਵੀ ਮੈਂ ਥੋੜਾ ਸ਼ਰਾਰਤੀ ਸੀ ਲੜਾਕਾ ਸੀ ਪਰ ਮੈਂ ਉਹ ਕੰਮ ਕੋਈ ਨਹੀਂ ਕੀਤਾ ਜਿਸ ਨਾਲ ਮੇਰੇ ਬੱਚਿਆਂ ਦਾ ਸਰਨੀਵਾ ਹੋਵੇ ਸਰਦਾਰ ਜੀ ਛੋਟੀ ਉਮਰ ਤੇ ਛੜਾ ਬੰਦੇ ਨੂੰ ਸਰਪੰਚ ਚੁਣ ਲੂਈਏ ਜੀ ਕੋਈ ਅਰ ਮੇਰਾ ਪਿੰਡ ਡਿਸਟ੍ਰਿਕਟ ਲੁਧਿਆਣਾ ਜੋ ਵੱਡਾ ਭਾਈ ਜੀ ਦੋ ਪਟਵਾਰੀ ਮੇਰੇ ਕੱਲੇ ਪਿੰਡ ਨੂੰ ਨੇ ਆਪਣੇ ਪਿੰਡ ਦਾ ਨਾਂ ਕੀਆ ਜੀ ਮੇਰਾ ਪਿੰਡ ਪਹੁਤ ਆ ਜੀ ਜ਼ਿਲ੍ਹੇ ਲੁਧਿਆਣੇ ਚ ਮਾਚੀ ਵੇੜਾ ਸਾਹਿਬ ਦੇ ਕੋਲ ਤਹਿਸੀਲ ਸਮਰਾਲਾ ਸਾਰੇ ਹੀ ਮੁਮਟਨਾਂ ਦਾ ਪਿੰਡ ਸੀ ਆ ਜੀ ਉਹ ਤੇ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਜ਼ਗੀਰਦਾਰ ਫੈਮਿਲੀ ਨੂੰ ਬਿਲੋਂਗ ਕਰਦਾ ਜਦੋਂ ਬੰਦੇ ਬਹਾਦਰ ਨੇ ਸੂਬੇ ਸਰਹੰਦ ਨੂੰ ਮਾਰਿਆ ਮੇਰੇ ਬਜ਼ੁਰਗ ਉਹ ਫੌਜੀ ਜਰਨੈਲ ਸੀ ਉਹ ਉਹਨਾਂ ਦੀ ਖੂਨ ਆ ਮੈਂ ਮੇਰੇ ਨਾਨਕੇ ਵੀ ਨਿਸ਼ਾਨਾ ਵਾਲੀ ਮਿਸਲ 12 ਮਿਸਲਾਂ ਪੰਜਾਬ ਦੀਆਂ ਹੋਈਆਂ ਨੇ ਜਿਹੜਾ ਪਹਿਲਾ ਬੰਦਾ ਬਗੇਲ ਸਿੰਘ ਸੰਧੂ ਨੇ ਲਾਲ ਕਿਲੇ ਤੇ ਝੰਡਾ ਚੜਾਇਆ ਸੀ ਐ ਪਹਿਲਾ ਉਹ ਬਗੇਲ ਸਿੰਘ ਸੰਧੂ ਸੀ ਮੈਂ ਸੰਧੂ ਜਾਤੀ ਨੂੰ ਬਿਲੋਂਗ ਕਰਦਾ ਬਾਈ ਜੀ ਪਾਕ ਸਿੰਘ ਜੀ ਵੀ ਤੇ ਲੋ ਸੰਧੂ ਆ ਗੁਰੂ ਨਾਨਕ ਦੇਵ ਜੀ ਨਾਲ ਮਰਦਾਨਾ ਜੀ ਤੇ ਬੱਲਾ ਜੀ ਸੀ ਬੱਲਾ ਜੀ ਸੰਧੂ ਸੀ ਨਾਲ ਮਰਦਾਨਾ ਜੀ ਮਰਾਸੀ ਸੀ ਉਹ ਮਰਾਸੀ ਆਣੀਆਂ ਸਾਨੂੰ ਥੋੜੀਆਂ ਬੁੱਧੀਆਂ ਗੱਲਾਂ ਵੀ ਆ ਜਾਂਦੀਆਂ ਨੇ ਕਿੱਤਰ ਮਖੌਲ ਵੀ ਚਲੋ ਜੀ ਇਹ ਵੀ ਜ਼ਿੰਦਗੀ ਦਾ ਅਹਿਸਾਸ ਆ ਫਨ ਮਜ਼ਾ ਇਹ ਵੀ ਜਿਹੜਾ ਇੱਕ ਜ਼ਿੰਦਾਦਿਲ ਇਨਸਾਨ ਦੀ ਅਲਮਤ ਆ ਜੀ ਇਹ ਮੈਂ ਕਿਹ ਦੱਸ ਦਿੰਨਾ ਜੇ ਬਾਈ ਇਹ ਤੇ ਨਾ ਆਉਂਦਾ ਮੈਂ ਇੱਕ ਤੁਹਾਨੂੰ ਗਾਰੰਟੀ ਦੇ ਦਿੰਦਾ ਬਾਈ ਜੀ ਵੀ ਜਿਵੇਂ ਮੈਨੂੰ ਬਾਈ ਤੋਂ ਬਾਅਦ ਇਲੈਕਸ਼ਨ ਲੜਨੀ ਪਈ ਠੀਕ ਮੈਂ ਬਾਈ ਨੂੰ ਜਦੋਂ ਛੱਡ ਕੇ ਗਿਆ ਫਾਲਕਬਾਦੇ ਮੈਂ ਇਲੈਕਸ਼ਨ ਲੜ ਲਈ ਪਿੰਡ ਚ ਇਲੈਕਸ਼ਨ ਲੜਨ ਵੇਲੇ ਵੀ ਮੈਂ ਹੁਣ ਇਹ ਇਹ ਨਹੀਂ ਕਹੂੰਗਾ ਮੈਂ ਇਹਨਾਂ ਕਹਿਣਾ ਵੀ ਮੈਂ ਬਹੁਤ ਰਫਲਾਂ ਇਕੱਠੀਆਂ ਤੇਰੀਆਂ ਯਾਰਾਂ ਦੋਸਤਾਂ ਦੀ ਸਾਡੇ ਮੇਰੇ ਪਿੰਡ ਦਾ ਹੀ ਵੀ ਜੇ ਬਾਈ ਹੁੰਦਾ ਮੈਨੂੰ ਰਫਲਾਂ ਤੇ ਕਿਹੜੀਆਂ ਇਕੱਠੀਆਂ ਕਰਨੀ ਸਾਲੇ ਨੂੰ ਕਾਗਜੇ ਨਹੀਂ ਸੀ ਪਰਨ ਦੇਣੇ ਕਿਸੇ ਨੂੰ ਖੜੇ ਨਹੀਂ ਜਿੱਤ ਜਾਣਾ ਸੀ ਦੰਦੀ ਦੋ ਕਮਲੇ ਇਕੱਠੇ ਜਦੋਂ ਸੀ ਹੋ ਜਾਂਦੇ ਨਾ ਆ ਲਗਾ ਛੱਡ ਪਰੇ ਇਹ ਸੌਰੀ ਦਾ ਤਕੜਾ ਬਹੁਤ ਆ ਇਹ ਅੜਬ ਬਹੁਤ ਇਕ ਬਾਈ ਦੀ ਜ ਦਲੇਰੀ ਵੀ ਸੀ ਤੇ ਜਾਨ ਵੀ ਸੀ ਤੇ ਵਫਾਦਾਰੀ ਵੀ ਸੀ ਇਹ ਤਾਂ ਜੀ ਦੇਖੋ ਅਗਰ ਗੱਲ ਕਰੀਏ ਵਫਾਦਾਰੀ ਦੀ ਦਲੇਰੀ ਦੀ ਤੇ ਘਰ ਦੇ ਵਿੱਚ ਭਾਈਚਾਰੇ ਦੀ ਪਿਆਰ ਦੀ ਇਸੇ ਚੀਜ਼ ਨੂੰ ਲੈ ਕੇ ਤਾਂ ਫਿਲਮ ਬਣੀ ਆ ਕਿਉਂਕਿ ਅਗਰ ਇੰਨੀ ਖਾਸ ਸਟੋਰੀ ਨਾ ਹੁੰਦੀ ਅਗਰ ਇੰਨੀ ਖਾਸ ਗੱਲਬਾਤ ਨਾ ਹੁੰਦੀ ਤੇ ਇਹਦੇ ਤੇ ਫਿਲਮ ਕਿਨੇ ਬਣਾਣੀ ਸੀ ਬਿਲਕੁਲ ਤੁਹਾਡੀ ਗੱਲ ਸਹੀ ਆ ਭਾਈ ਜੀ ਅਰ ਉਹਦੇ ਵਿੱਚ ਮੈਨੂੰ ਉਹ ਤੇ ਫਿਰ ਬਾਅਦ ਵਿੱਚ ਗੁੱਸੇ ਵੀ ਗਈ ਆਏ ਤਾਂ ਹੀ ਮੈਂ ਥਲੀ ਨੂੰ ਇੰਟਰਵਿਊ ਦਿੱਤੀ YouTube ਉਹਦਣ ਮੈਨੂੰ ਕੋਈ ਗੱਲ ਸੀਗੀ ਚਲੋ ਮੈਂ ਨਹੀਂ ਦਿੰਦਾ ਮੈਂ ਉੱਥੇ ਬੀ ਮੈਂ ਤਾਂ ਨਰਵਿਆਂ ਮੇਰੇ ਭਾਂਜੇ ਦਾ ਬਹੁਤ ਦੋਸਤੀ ਸਾਡੀ ਇੱਕੋ ਇੱਕ ਭੈਣ ਆ ਉਹਦੇ ਕੋਈ ਇੱਕ ਬੇਟਾ ਉਹ ਬੇਟੇ ਨਾਲ ਵੀ ਬਾਈ ਸਰਜੀਤ ਦਾ ਇੰਨਾ ਜਦ ਹੁਣ ਵੀ ਜਦੋਂ ਕਿਤੇ ਬੈਠਾ ਹੁੰਦਾ ਉਹ ਵੀ ਮਨ ਭਰੇ ਹੋਂਗਾ ਉਹ ਵੀ ਚੇਅਰਮੈਨ ਆ ਆਪਣਾ ਚੇਅਰਮੈਨ ਜੂਨੀਅਨ ਤੇ ਕਾਉਂਸਲ ਦੇ ਨੂੰ ਕਹਦੇ ਨੇ ਆ ਨਾ ਸਾਡੇ ਬੰਦੇ ਘੱਟੋ ਘੱਟ 100 ਮਿੰਟ ਤਾਂ ਹੁੰਦਾ ਪਹਿਲਾਂ 6 6 ਪਿੰਡਾਂ ਦਾ ਬਲਾਕ ਸੰਪਤੀ ਮੈਂਬਰ ਜੇ 15 16 ਬਲਾਕ ਸੰਪਤੀ ਮੈਂਬਰ ਬਣਨੇ ਨੇ ਉਹਨਾਂ ਨੇ ਫਿਰ ਅੱਗੇ ਚੇਅਰਮੈਨ ਤੋਂ ਐਮਐਨਏ ਦੇ ਬਰੂਬਰ ਚੱਲ ਜਾਂਦਾ ਹੁਣ ਉਹ ਫਿਰ ਰਿਜ਼ਰਵ ਕਰਤੀ ਸੀਟ ਉਹਨਾਂ ਪਤਾ ਵੀ ਨੇ ਫਿਰ ਉਹਦੀ ਮੇਰੇ ਭਾਂਜੇ ਦੀ ਵਾਈਫ ਚੇਅਰਪਰਸਨ ਆ ਖਮਾਣੋ ਬਲਾਕ ਦੀ ਪੂਰੇ ਠਾਣੇ ਸਾਰੇ ਦੀ ਹਾਂ ਤੇ ਉਹਨੇ ਉਹ ਵੀ ਆਦ ਆਉਂਦਾ ਵੀ ਕਿਹ ਬਾ ਬਠਾ ਮਾਮਾ ਜੀ ਜੇ ਕਿਤੇ ਮੇਰਾ ਉਹ ਮਾਮਾ ਤੁਹਾਡੇ ਨਾਲ ਹੁੰਦਾ ਨਾ ਕਿਤੇ ਇੱਕ ਦੋ ਵਾਰ ਜੇ ਕਿਤੇ ਦੇਖਿਆ ਝਗੜਾ ਜੇ ਕਿਤੇ ਸਾਲੇ ਇਹਨਾਂ ਨੂੰ ਤਾਂ ਬੰਦੇ ਬਣਾਉਂਦੇ ਜਾਂਦੀ ਹਰ ਇੱਕ ਰਿਸ਼ਤੇਦਾਰ ਨੂੰ ਇਹਨਾਂ ওভার ਕੌਨਫੀਡੈਂਸ ਸੀਗਾ ਵੀ ਸਰਜੀਤ ਦਾ ਇਹਨਾਂ ਨੂੰ ਬਹੁਤ ਘਟਾ ਕੋਈ ਤੋੜ ਨਹੀਂ ਸੀ ਦੇਖੋ ਭਾਈ ਜੀ ਕੋਈ ਤੋੜ ਨਹੀਂ ਸੀ